ਹਾਂਜੀ ਦੋਸਤੋ, ਨਮਸਕਾਰ, ਆਦਾਬ, ਸਤਿ ਸ਼੍ਰੀ ਅਕਾਲ, ਜੈ ਹਿੰਦ, ਜੈ ਸ਼੍ਰੀ ਰਾਮ। ਮੈਂ ਤੁਹਾਡਾ ਆਪਣਾ ਸੰਦੀਪ ਅਬਰੋਲ ਇੱਕ ਵਾਰ ਫਿਰ ਤੁਹਾਡੇ ਸਾਹਮਣੇ ਆਇਆ ਹਾਂ ABN ਦੇ ਜ਼ਰੀਏ। ਜਿਵੇਂ ਕਿ ਕਿਸਾਨਾਂ ਦਾ ਸੰਘਰਸ਼ ਚੱਲ ਰਿਹਾ ਹੈ, ਪਿਛਲੇ 5-4 ਦਿਨ ਹੋ ਗਏ ਲਗਾਤਾਰ ਸੰਘਰਸ਼ ਚੱਲ ਰਿਹਾ ਹੈ। ਹਰਿਆਣਾ ਸਰਕਾਰ ਵੱਲੋਂ ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਜਾ ਰਿਹਾ ਹੈ ਅਤੇ ਪੰਜਾਬ ਨੂੰ ਰਾਜਸਥਾਨ ਅਤੇ ਹਰਿਆਣੇ ਦੇ ਦੁਆਲੇ ਦੁਆਲੇ ਬਾਰਡਰ ਬਣਾ ਕੇ ਹਿੰਦੁਸਤਾਨ ਅਤੇ ਪਾਕਿਸਤਾਨ ਵਰਗਾ ਮਾਹੌਲ ਪੈਦਾ ਕਰ ਦਿੱਤਾ ਗਿਆ ਹੈ, ਜਿਸ ਕਰਕੇ ਸੰਘਰਸ਼ ਵੀ ਸ਼ੁਰੂ ਹੋ ਗਏ ਹਨ, ਰੇਲਾਂ ਵੀ ਰੋਕੀਆਂ ਗਈਆਂ, ਚੱਕੇ ਵੀ ਜਾਮ ਕੀਤੇ ਗਏ ਅਤੇ ਕਾਂਗਰਸ ਪਾਰਟੀ ਵੀ ਕਿਸਾਨਾਂ ਦੀ ਪਿੱਠ 'ਤੇ ਆਣ ਖੜ੍ਹੀ ਹੋਈ ਹੈ। ਇਸ ਦਾ ਨਮੂਨਾ ਕੱਲ੍ਹ ਵੇਖਣ ਨੂੰ ਮਿਲਿਆ ਕਿ ਕਾਂਗਰਸੀਆਂ ਵੱਲੋਂ ਵੱਖਰੇ ਵੱਖਰੇ ਭਾਜਪਾ ਦੇ ਨੇਤਾਵਾਂ ਦੇ ਘਰਾਵ ਕੀਤੇ ਗਏ, ਜਿਹਦੇ ਵਿੱਚ ਫਾਜ਼ਿਲਕਾ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਸਰਦਾਰ ਦਵਿੰਦਰ ਘੁਬਾਇਆ ਵੱਲੋਂ ਵੀ ਫਾਜ਼ਿਲਕਾ ਤੋਂ ਸਾਬਕਾ ਵਿਧਾਇਕ ਚੌਧਰੀ ਸੁਰਜੀਤ ਕੁਮਾਰ ਜੈਨੀ, ਜੋ ਕਿ ਭਾਜਪਾ ਦੇ 3 ਵਾਰ ਮੰਤਰੀ ਰਹੇ ਹਨ, ਦੇ ਘਰ ਦੇ ਬਾਹਰ ਪਿੰਡ ਕਟਿਆੜਾ ਵਿਖੇ ਘਰਾਵ ਕੀਤਾ ਗਿਆ। ਪਰ ਘਰਾਵ ਜਿਹੜਾ ਕੀਤਾ ਗਿਆ ਸੀ, ਉਸ ਵਿੱਚ ਫਾਜ਼ਿਲਕਾ, ਜਲਾਲਾਬਾਦ ਅਤੇ ਬੱਲੂਆਣਾ ਤੋਂ ਬਲਾਕ ਪ੍ਰਧਾਨ ਆਪ ਪਾਰਟੀ ਦੇ ਕਾਂਗਰਸ ਪਾਰਟੀ ਦੇ ਨੁਮਾਇੰਦਿਆਂ ਨੂੰ, ਆਗੂਆਂ ਨੂੰ, ਮੈਂਬਰਾਂ ਨੂੰ ਲੈ ਕੇ ਪੁੱਜੇ। ਅਬੋਹਰ ਕਾਂਗਰਸ ਵੱਲੋਂ ਚੌਧਰੀ ਸੁਨੀਲ ਕੁਮਾਰ ਜਾਖੜ, ਜੋ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਹਨ, ਉਹਨਾਂ ਦੇ ਦਫ਼ਤਰ ਦੇ ਬਾਹਰ ਘਰਾਵ ਕੀਤਾ ਗਿਆ ਸੀ। ਪਰ ਕਟਿਆੜੇ ਵਿਖੇ ਜਿਹੜਾ ਘਰਾਵ ਹੋਇਆ, ਉਹਦੀਆਂ ਤਸਵੀਰਾਂ ਤੁਸੀਂ ਵੇਖ ਰਹੇ ਹੋ ਵੀ ਤਸਵੀਰਾਂ ਵਿੱਚ ਕਿੰਨਾ ਕੁ ਇਕੱਠ ਹੈ, ਕਾਂਗਰਸੀਆਂ 'ਚ ਕਿੰਨਾ ਕੁ ਜੋਸ਼ ਹੈ। ਕੀ ਕਾਂਗਰਸੀ ਸੱਚਮੁੱਚ ਕਿਸਾਨਾਂ ਦੀ ਪਿੱਠ 'ਤੇ ਖੜ੍ਹੇ ਹੋਏ ਹੋਏ ਹਨ? ਕੀ ਕਾਂਗਰਸੀ ਆਪਦਾ ਆਪਾ ਬਚਾਉਣ ਲੱਗੇ ਹੋਏ ਹਨ ਕਿ ਅਸੀਂ ਕਿਸਾਨ ਹਿਤੈਸ਼ੀ ਹਾਂ? ਕੀ ਇਹ ਲੋਕ ਸਭਾ ਦੇ ਚੋਣਾਂ ਦੇ ਵਿੱਚ ਰਾਜਨੀਤੀ ਕੋਈ ਚਾਲ ਤਾਂ ਨਹੀਂ ਚੱਲੀ ਜਾ ਰਹੀ? ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਪਰ ਇੱਥੇ ਵੱਡਾ ਸਵਾਲ ਖੜ੍ਹਾ ਹੁੰਦਾ ਹੈ ਵੀ ਇਹ ਤਸਵੀਰਾਂ ਦੇ ਵਿੱਚ 3 ਸ਼ਹਿਰ, ਫਾਜ਼ਿਲਕਾ, ਜਲਾਲਾਬਾਦ ਅਤੇ ਬੱਲੂਆਣਾ ਤੋਂ ਕਾਂਗਰਸੀ ਆਏ ਸੀ, ਜਿਨ੍ਹਾਂ ਦੀ ਗਿਣਤੀ ਤੁਹਾਡੇ ਸਾਹਮਣੇ ਹੈ, ਜਿਹਨੂੰ ਲੀਡ ਜ਼ਿਲ੍ਹਾ ਪ੍ਰਧਾਨ ਕਰ ਰਹੇ ਸੀ। ਕੀ ਐਨੀ ਕੁ ਗਿਣਤੀ ਨਾਲ ਕਾਂਗਰਸ ਆਪਦੀ ਹੋਂਦ ਬਚਾ ਸਕੇਗੀ? ਇਹ ਤਾਂ ਸਮੇਂ ਦੱਸੇਗਾ। ਪਰ ਘਰਾਵ ਹੋਇਆ ਚੌਧਰੀ ਸੁਰਜੀਤ ਕੁਮਾਰ ਜੈਨੀ ਭਾਜਪਾ ਦੇ ਸਾਬਕਾ ਮੰਤਰੀ ਦੇ ਘਰ ਦਾ, ਹੋਰ ਉੱਥੇ ਕੀ ਕੁਝ ਕਿਹਾ ਗਿਆ, ਇਹ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ। ਪ੍ਰਦਰਸ਼ਨ ਕੀਤਾ ਗਿਆ ਤੁਹਾਡੇ ਅੱਜ ਜਿਹੜਾ ਸਾਡੇ ਕਾਂਗਰਸ ਪਾਰਟੀ ਵੱਲੋਂ ਕਿਸਾਨਾਂ ਦੇ ਹੱਕ ਦੇ ਵਿੱਚ ਚੌਧਰੀ ਸੁਰਜੀਤ ਕੁਮਾਰ ਜੈਨੀ ਕਿ ਜਿਹੜੇ BJP ਦੇ ਲੀਡਰ ਨੇ, ਉਹਨਾਂ ਦੇ ਘਰ ਦੇ ਅੱਗੇ ਜਿਹੜਾ ਰੋਸ ਧਰਨਾ ਦਿੱਤਾ ਗਿਆ ਕਿ ਜਿਹੜਾ ਕਿਸਾਨਾਂ ਦੇ ਨਾਲ ਜੋ ਤਸ਼ੱਦਦ BJP ਸਰਕਾਰ ਬਾਰਡਰ ਦੇ ਉੱਪਰ ਕਰ ਰਹੀ ਹੈ, ਸੋ ਉਹ ਜਿਹੜੇ ਕੱਲ੍ਹ ਜੋ ਲਾਠੀਆਂ ਚਲਾਈਆਂ ਗਈਆਂ, ਜਿਹੜੇ ਕਿਸਾਨ ਉੱਥੇ ਫੱਟੜ ਹੋਏ ਆ, ਹਸਪਤਾਲਾਂ 'ਚ ਦਾਖਲ ਹੈ, ਉਹਨਾਂ ਦੇ ਖਿਲਾਫ਼ ਜਿਹੜੇ ਪ੍ਰਸ਼ਾਸਨ ਹੈ ਜਿਨ੍ਹਾਂ ਨੇ ਕੀਤਾ ਹੈ ਸਾਰਾ ਕੁਝ, ਉਹਨਾਂ ਦੇ ਖਿਲਾਫ਼ ਜਿਹੜਾ ਹੈ ਕਾਰਵਾਈ ਹੋਣੀ ਚਾਹੀਦੀ ਹੈ, ਔਰ ਉਹਦੇ ਖਿਲਾਫ਼ ਅਸੀਂ ਅੱਜ ਜਿਹੜਾ ਇੱਥੇ ਰੋਸ ਧਰਨਾ ਦੇ ਰਹੇ ਹਾਂ। ਔਰ ਜੋ ਮੰਗਾਂ ਨੇ ਕਿਸਾਨਾਂ ਦੀਆਂ, ਚਾਹੇ ਉਹ MSP ਹੈ, ਚਾਹੇ ਉਹ ਕਿਸਾਨਾਂ ਦਾ ਕਰਜ਼ਾ ਮਾਫ਼ ਕਰਨ ਦਾ, ਜੋ ਵਾਅਦਾ BJP ਨੇ ਕੀਤਾ ਸੀ, ਉਹ ਜਿਹੜਾ ਵਾਅਦਾ ਉਹ ਪੂਰਾ ਕਰਨਾ ਚਾਹੀਦਾ ਹੈ। ਬਿਲਕੁਲ, ਜਿਹੜੇ BJP ਦੇ ਲੀਡਰ ਹੈ, ਉਹਨਾਂ ਦੇ ਗੇਟ ਅੱਗੇ ਜਾਂ ਉਹਨਾਂ ਦੇ ਦਫ਼ਤਰ ਅੱਗੇ ਅਸੀਂ ਧਰਨੇ ਦੇ ਰਹੇ ਹਾਂ। ਅੱਜ ਅਸੀਂ ਕਟਿਆੜੇ ਦਿੱਤਾ ਹੈ, ਔਰ ਸਾਡੇ ਬਲਾਕ ਪ੍ਰਧਾਨ ਜਿਹੜੇ ਅਬੋਹਰ ਦੇ ਨੇ, ਉਹ ਜਾਖੜ ਸਾਹਿਬ ਦੇ ਜਿਹੜੇ ਦਫ਼ਤਰ ਦੇ ਅੱਗੇ ਧਰਨਾ ਦੇ ਰਹੇ ਨੇ, ਤਾਂ ਕਿ ਇਹ ਜਿਹੜੇ ਲੀਡਰ ਨੇ ਇਹ ਵੀ ਕਿਸਾਨੀ ਨਾਲ ਤਾਲੁਕਾਤ ਰੱਖਦੇ ਨੇ, ਔਰ ਇਹ ਜਾ ਕੇ ਮੋਦੀ ਦੇ ਜਾ ਕੇ ਗੱਲ ਕਰਨ, ਔਰ ਜਿਹੜੇ ਕਿਸਾਨਾਂ ਦੀਆਂ ਮੰਗਾਂ ਨੇ ਉਹ ਪੂਰੀਆਂ ਕਰਾਉਣ। ਤੁਸੀਂ ਵੇਖਿਆ ਹੀ ਹੈ ਕਿ ਜਿਹੜੇ ਕੱਲ ਹਰਿਆਣੇ ਦੇ ਪੁਲਿਸ ਸੀਗੀ, ਉਹ ਪੰਜਾਬ ਦੇ ਵਿੱਚ ਐਂਟਰ ਕਰਕੇ ਜਿਹੜੇ ਕਿਸਾਨਾਂ ਨੂੰ ਮਾਰ ਕੇ ਗਈ ਹੈ। ਸੋ ਮੈਂ ਸਮਝਦਾ ਇਸ ਗੱਲ ਦੀ ਮੈਂ ਨਿਖੇਧੀ ਵੀ ਕਰਦਾ, ਔਰ ਇਹ ਨਲਾਇਕੀ ਵੀ ਹੈ ਸਰਕਾਰ ਦੀ ਕਿ ਜਿਹੜਾ ਪੰਜਾਬ ਦੇ ਵਿੱਚ ਦੂਜੇ ਸੂਬੇ ਦੀ ਸਰਕਾਰ ਆ ਕੇ ਕਿਸਾਨਾਂ ਨੂੰ ਮਾਰੇ, ਔਰ ਉਹਨਾਂ ਦੇ ਖਿਲਾਫ਼ ਕਾਰਵਾਈ ਹੋਣੀ ਚਾਹੀਦੀ, ਜਿਹੜੇ ਕੱਲ ਕਿ ਪੰਜਾਬ ਦੇ ਵਿੱਚ ਵੜ ਕੇ ਕਿਸਾਨਾਂ ਨੂੰ ਕੁੱਟਿਆ। ਕੀ ਲੱਗਦਾ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੀ ਕੋਈ ਮੀਟਿੰਗ ਦੇ ਵਿੱਚ ਸਮਝੌਤਾ ਹੋਏਗਾ ਜਾਂ ਕਿਸ ਤਰ੍ਹਾਂ ਦਾ ਲੱਗ ਰਿਹਾ ਤੁਹਾਨੂੰ? ਦੇਖੋ, ਇਹ BJP ਨੂੰ ਬੇਸ਼ਰਤੇ ਜਿਹੜੀਆਂ ਸਾਰੀਆਂ ਕਿਸਾਨਾਂ ਦੀਆਂ ਮੰਗਾਂ ਉਹ ਮੰਨਣੀਆਂ ਚਾਹੀਦੀਆਂ, ਕਿਉਂਕਿ ਕਿਸਾਨ ਹੈ ਜਿਹੜਾ ਦੇਸ਼ ਦਾ ਢਿੱਡ ਭਰਦਾ, ਔਰ ਕਿਸਾਨੀ ਤੋਂ ਬਿਨਾਂ ਮੈਂ ਸਮਝਦਾ ਵੀ ਕੁਛ ਵੀ ਪੋਸੀਬਲ ਹੈ ਨਹੀਂ, ਔਰ ਇਹ ਜਿਹੜੇ BJP ਨੂੰ ਸਾਰੀਆਂ ਮੰਗਾਂ ਜਿਹੜੀਆਂ ਮੰਨ ਲੈਣੀਆਂ ਚਾਹੀਦੀਆਂ।
ABN न्यूज चैनल देखने वाले सभी दर्शकों से हम अपील करते हैं कि ABN न्यूज चैनल पर ऐसी ही लेटेस्ट खबरें देखने के लिए हमारे चैनल को सब्सक्राइब करना ना भूलें। जय हिंद, जय भारत।